ਬੇਅਦਬੀਆਂ ਦਾ ਮੁੱਦਾ ਸੰਵੇਦਨਸ਼ੀਲ ਮੁੱਦਾ ਹੈ, ਇਸ ਨੂੰ ਲੈ ਕੇ ਜੇਲ੍ਹ ਨੇ ਕੀ ਕਹਿਤਾ ਜੀ? ਕਹਿੰਦੇ ਹੱਥੇ ਖੜੇ ਕਰਤੇ ਉਹਨਾਂ ਨੇ ਬੇਅਦਬੀ ਦੋਸ਼ੀ ਨੂੰ ਰੱਖਣ ਤੋਂ। ਮਾਜਰਾ ਕੀ ਹੈ? ਇਹ ਜਿਹੜੀ ਬੇਅਦਬੀ ਹੋਈ ਸੀ ਨਾ, ਇੱਕ ਤੇ ਹੋਈ ਸੀ ਮੋਰਿੰਡੇ ਵਾਲੀ, ਤੇ ਮੋਰਿੰਡੇ ਵਾਲੀ ਬੇਅਦਬੀ ਤੋਂ ਪਹਿਲਾਂ ਇੱਕ ਦਿਨ ਦੀ ਗੱਲ ਆ। ਇੱਕ ਦਿਨ ਪਹਿਲਾਂ ਫਰੀਦਕੋਟ ਦੇ ਲਾਗੇ ਜੀ ਪਿੰਡ ਹੈਗਾ ਗੋਲੇਵਾਲਾ, ਗੋਲੇਵਾਲਾ ਦੇ ਵਿੱਚ ਇਸੇ ਤਰ੍ਹਾਂ ਇੱਕ ਬੇਅਦਬੀ ਨੂੰ ਅੰਜਾਮ ਦਿੱਤਾ ਗਿਆ ਸੀਗਾ। ਤਾਂ ਉਹਦੇ ਵਿੱਚ ਦੋ ਵਿਅਕਤੀ ਫੜੇ ਗਏ ਸਨ, ਸਵਿਫਟ ਕਾਰ ਦੇ ਵਿੱਚ ਆਏ ਸੀ, ਜਿਨ੍ਹਾਂ ਨੇ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਹੁਰਮਤੀ ਕੀਤੀ ਸੀਗੀ, ਬੇਅਦਬੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਤਾਂ ਉਸ ਤੋਂ ਬਾਅਦ ਕੀ ਹੈ ਕਿ ਇਹ ਦੋ ਫੜੇ ਗਏ ਸਨ, ਉਹਨਾਂ ਦੇ ਵਿੱਚੋਂ ਵਿੱਕੀ ਮਸੀਹ ਨਾਂ ਦੇ ਇੱਕ ਮੁਲਜ਼ਮ ਨੇ ਥਾਣੇ ਦੇ ਅੰਦਰ ਹੀ ਖੁਦਕੁਸ਼ੀ ਕਰਨ ਦਾ ਯਤਨ ਕੀਤਾ ਸੀ ਆਪਣੀ ਗਰਦਨ ਕੱਟ ਕੇ। ਤਾਂ ਜੀ ਉਹ ਸਵਾਲ ਵੀ ਬੜਾ ਅਹਿਮ ਸੀ ਕਿ ਉਹਨਾਂ ਨੇ ਜੋ ਉੱਥੇ ਹਵਾਲਾਤ ਦੇ ਵਿੱਚ ਇਹ ਮੁਲਜ਼ਮ ਰੱਖਿਆ ਸੀ ਪੁਲਿਸ ਵਾਲਿਆਂ ਨੇ, ਤਾਂ ਉਹਦੇ ਕੋਲ ਬਈ ਇਹ ਤਿੱਖੀ ਨੁਕੀਲੀ ਚੀਜ਼ ਕਿੱਦਾਂ ਪਹੁੰਚੀ, ਵੱਡਾ ਸਵਾਲ ਇਹ ਸੀ। ਤਾਂ ਉਹਦੇ ਤੋਂ ਪੁਲਿਸ ਨੇ ਕਦੇ ਵੀ, ਮੈਂ ਨਹੀਂ ਸਮਝਦਾ ਕਿ ਕੋਈ ਪਰਦਾ ਚੁੱਕਿਆ, ਉਹ ਹਮੇਸ਼ਾ ਇੱਕ ਸਵਾਲ ਬਣਿਆ ਰਿਹਾ। ਉਸ ਤੋਂ ਬਾਅਦ ਕਿਉਂਕਿ ਹੁਣ ਇਹਦਾ ਇਲਾਜ ਹੋਇਆ, ਪੁਲਿਸ ਹੀ ਇਲਾਜ ਕਰਵਾਉਂਦੀ ਆ ਜੇ ਕਸਟਡੀ 'ਚ ਕੁਛ ਇਸ ਤਰ੍ਹਾਂ ਦਾ ਹੋ ਜਾਂਦਾ ਆ, ਤਾਂ ਜਦੋਂ ਜੀ ਹੁਣ ਉਹਦਾ ਇਲਾਜ ਮੁਕੰਮਲ ਹੋ ਗਿਆ, ਜ਼ਰਾ ਜੀ ਗੱਲ ਹੈ, ਜਦੋਂ ਡਾਕਟਰ ਫਿੱਟ ਐਲਾਨ ਦਿੰਦੇ ਆ, ਤਾਂ ਵਾਪਸ ਕੈਦੀ ਨੂੰ, ਮੁਲਜ਼ਮ ਨੂੰ ਕਸਟਡੀ 'ਚ ਹੀ ਜਾਣਾ ਪੈਂਦਾ ਹੈ। ਹੁਣ ਉਹਨੂੰ ਜਦੋਂ ਫਰੀਦਕੋਟ ਜੇਲ੍ਹ 'ਚ ਘਲਾਇਆ ਗਿਆ, ਉੱਥੇ ਭੇਜਿਆ ਗਿਆ, ਤਾਂ ਉਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ, ਫਰੀਦਕੋਟ ਜੇਲ੍ਹ ਵਾਲਿਆਂ ਨੇ। ਫਰੀਦਕੋਟ ਜੇਲ੍ਹ ਵਾਲਿਆਂ ਨੇ ਜਦੋਂ ਮਨਾ ਕੀਤਾ, ਤੇ ਇਸ ਨੂੰ ਫਿਰ ਬਾਅਦ 'ਚ ਖੜਿਆ ਗਿਆ ਮਾਨਸਾ ਜੇਲ੍ਹ ਦੇ ਵਿੱਚ। ਉੱਥੇ ਜਦੋਂ ਮਾਨਸਾ ਜੇਲ੍ਹ 'ਚ ਲਿਆਂਦਾ, ਤੇ ਦੱਸਦੇ ਆ ਕਿ ਉਹਨਾਂ ਨੇ ਵੀ ਅੱਗੋਂ ਬਹਾਨਾ ਬਣਾ ਦਿੱਤਾ ਕਿ ਸਾਡੇ ਕੋਲ ਇੱਥੇ ਨਰਸਿੰਗ ਵਾਸਤੇ ਕੁਛ ਨਹੀਂ, ਕਿ ਮਿੱਤਰੋ ਇਸ ਨੂੰ ਤੁਸੀਂ ਜਿੱਥੇ ਮਰਜ਼ੀ ਲੈ ਜਾਓ, ਘੱਟੋ ਘੱਟ ਸਾਡਾ ਖੜਾ ਛੱਡੋ। ਤਾਂ ਉੱਥੋਂ ਵੀ ਇਸ ਬੰਦੇ ਨੂੰ ਪੁੱਠਾ ਮੋੜ ਦਿੱਤਾ ਗਿਆ। ਹੁਣ ਪੁਲਿਸ ਬੜੇ ਸ਼ਸ਼ੋ ਪੰਜ ਦੇ ਵਿੱਚ ਆ ਕਿ ਇਹਨੂੰ ਦਾਖਲ ਕਿਹੜੀ ਜੇਲ੍ਹ ਦੇ ਵਿੱਚ ਕਰਾਈਏ, ਤੇ ਆਖਰੀ ਖਬਰ ਪੜ੍ਹੇ ਜਦ ਤੱਕ ਇਹ ਜਾਣਕਾਰੀ ਮਿਲ ਰਹੀ ਸੀਗੀ ਕਿ ਇਸ ਨੂੰ, ਯਾਨੀ ਵਿੱਕੀ ਮਸੀਹ ਨੂੰ, ਵਾਪਸ ਫਰੀਦਕੋਟ ਦੇ ਮੈਡੀਕਲ ਕਾਲਜ 'ਚ ਲਿਆਂਦਾ ਜਾ ਸਕਦਾ ਕਿ ਘੱਟੋ ਘੱਟ ਉੱਥੇ ਰੱਖਿਆ ਜਾਵੇ। ਚਲੋ ਇਲਾਜ ਵਾਜ ਤਾਂ ਜਿਹੜਾ ਚੱਲਣਾ ਹੀ ਚੱਲਣਾ ਹੈ, ਤਾਂ ਉੱਥੇ ਇਹਦੀ ਕਸਟਡੀ ਜਿਹੜੀ ਆ ਉਹ ਬਣੀ ਰਹੇ। ਤਾਂ ਇਹ ਹੁਣ ਜੀ ਸੂਰਤ ਹਾਲ ਹੈ। ਪਰ ਵਿੱਚ ਗੱਲ ਤੇ ਸਾਰੀ ਇਹੋ ਆ ਕਿ ਅਸਲ ਦੇ ਵਿੱਚ ਕੋਈ ਵੀ ਜੇਲ੍ਹ ਜਿਹੜੀ ਆ ਉਹ ਐਸਾ ਰਿਸਕ ਲੈ ਕੇ ਰਾਜ਼ੀ ਨਹੀਂ ਆ, ਕਿਉਂਕਿ ਅੱਗੇ ਮਹਿੰਦਰਪਾਲ ਬਿੱਟੂ ਦਾ ਕਤਲ ਹੋ ਗਿਆ ਜੇਲ੍ਹ ਦੇ ਵਿੱਚ, ਨਾਭਾ ਜੇਲ੍ਹ 'ਚ। ਫਿਰ ਇਸ ਤੋਂ ਇਲਾਵਾ ਪ੍ਰੇਮੀਓ ਪ੍ਰਦੀਪ ਦਾ ਕਤਲ ਹੋਇਆ ਕੋਟਕਪੂਰਾ ਦੇ ਵਿੱਚ, ਤੇ ਆ ਹੁਣ ਹਾਲ ਦੇ ਦਿਨਾਂ 'ਚ ਮੋਰਿੰਡਾ ਦਾ ਮੁਲਜ਼ਮ ਜਿਹੜਾ ਸੀਗਾ ਬੇਅਦਬੀ ਵਾਲਾ, ਉਹਦੀ ਵੀ ਇਸੇ ਤਰ੍ਹਾਂ ਕਸਟਡੀ 'ਚ ਮੌਤ ਹੋਈ ਆ। ਰੌਲਾ ਇਹ ਹੁੰਦਾ ਕਿ ਅਸੀਂ ਜੋ ਮਰਜ਼ੀ ਸੋਚੀ ਜਾਈਏ, ਪਰੰਤੂ ਇਸ ਤਰ੍ਹਾਂ ਦੀ ਮੌਤ ਹੋ ਜਾਂਦੀ ਆ, ਜਾਂ ਇਹਨਾਂ ਨੂੰ ਪਤਾ ਹੈ ਕਿ ਅੰਦਰ ਘੱਲਾਂਗੇ ਤਾਂ ਹੋ ਸਕਦਾ ਕਿ ਇਹਦੇ ਤੇ ਹਮਲਾ ਹੋਵੇ, ਇਹਨੂੰ ਕਤਲ ਕਰ ਦਿੱਤਾ ਜਾਵੇ ਅੰਦਰ। ਤਾਂ ਉਸ ਸੂਰਤ ਦੇ ਵਿੱਚ, ਦੋਵਾਂ ਸੂਰਤਾਂ ਦੇ ਵਿੱਚ, ਜੇ ਕੋਈ ਹੁਣ ਮੰਨ ਲਓ ਫਰਜ਼ ਕਰੋ ਮੋਰਿੰਡਾ ਦੋਸ਼ੀ ਸੀ ਜਿਹੜਾ, ਉਹਦੀ ਪੋਸਟਮਾਰਟਮ ਦੇ ਰਿਪੋਰਟ 'ਚ ਕੁਝ ਗੱਲਾਂ ਆ ਜਾਂਦੀਆਂ ਐਸੀਆਂ ਕਿ ਇਹਨਾਂ ਨੇ ਇਲਾਜ ਨਹੀਂ ਕਰਵਾਇਆ, ਤਾਂ ਪੁਲਿਸ ਵਾਲੇ ਤਾਂ ਫਸੂਗੇ ਜੀ ਨਾ, ਕਿਉਂਕਿ ਕੋਰਟ ਨੇ ਨਹੀਂ ਵੇਖਣਾ ਕਿ ਉਹ ਕਦਾ ਦੋਸ਼ੀ ਹੈ। ਕੋਰਟ ਨੇ ਸਿਰਫ ਇਹ ਵੇਖਣਾ ਕਿ ਉਹ ਤੁਹਾਡੀ ਕਸਟਡੀ 'ਚ ਸੀਗਾ, ਤਾਂ ਉੱਥੇ ਪੁਲਿਸ ਫਸ ਜਾਏਗੀ। ਸੋ ਇਸੇ ਤਰ੍ਹਾਂ ਮੰਨ ਲਓ ਜੇ ਕੋਈ ਕੱਲ ਨੂੰ ਜੇਲ੍ਹ 'ਚ ਹਮਲਾ ਹੋ ਜਾਂਦਾ, ਕੋਈ ਵੱਡੀ ਘਟਨਾ ਵਾਪਰ ਜਾਂਦੀ ਆ, ਤਾਂ ਜੇਲ੍ਹ ਪ੍ਰਬੰਧਕੀ ਢਾਂਚਾ ਤੇ ਪਹਿਲਾਂ ਹੀ ਅੱਗੇ ਜਿਹੜਾ ਹੈ ਉਹ ਡਰਿਆ ਪਿਆ ਕਿ ਮੁੜ ਕੇ ਸਾਨੂੰ ਹੀ ਇਹ ਜੇਲ੍ਹ 'ਚ ਘੱਲ ਦਿੰਦੇ ਨੇ। ਸੋ ਇਸ ਕਰਕੇ ਮੈਨੂੰ ਇਉਂ ਲੱਗਦਾ, ਕਿਉਂਕਿ ਫਰੀਦਕੋਟ ਜੇਲ੍ਹ ਬਹੁਤ ਵੱਡੀ ਜੇਲ੍ਹ ਆ, ਨਵੀਂ ਜੇਲ੍ਹ ਆ, ਉੱਥੇ ਬੜੇ ਵੱਡੇ ਗੈਂਗਸਟਰ, ਬੜੇ ਵੱਡੇ ਅਪਰਾਧੀ ਰੱਖੇ ਆ ਸੀ ਅੱਗੇ, ਐਸੀ ਗੱਲ ਨਹੀਂ। ਫਿਰ ਫਰੀਦਕੋਟ ਦੇ ਨਾਲ ਹੀ ਉਰਲੇ ਪਾਸੇ ਮੁਕਤਸਰ ਜੇਲ੍ਹ ਆ, ਉਹ ਵੀ ਬਹੁਤ ਵੱਡੀ ਜੇਲ੍ਹ ਆ, ਨਵੀਂ ਬਣੀ ਆ, ਉੱਥੇ ਵੀ ਗੈਂਗਸਟਰ ਰੱਖੇ ਜਾਂਦੇ ਨੇ। ਜੇ ਦੇਖੋਗੇ ਤਾਂ ਜੀ ਫਰੀਦਕੋਟ ਤੋਂ ਬਠਿੰਡਾ ਵੀ ਕੋਈ ਬਹੁਤੀ ਦੂਰ ਨਹੀਂ ਹੈ, ਜਿੱਥੇ ਬਹੁਤ ਵੱਡੇ ਅਪਰਾਧੀ ਰੱਖੇ ਜਾਂਦੇ ਆ। ਮਤਲਬ ਕਿ ਨੇੜੇ ਨੇੜੇ ਇਹ ਜੇਲ੍ਹਾਂ ਨੇ ਜਿਹੜੀਆਂ ਮੈਂ ਤੁਹਾਨੂੰ ਗਿਣਾ ਦਿੱਤੀਆਂ। ਇਸ ਤੋਂ ਇਲਾਵਾ ਇੱਕ ਫਿਰੋਜ਼ਪੁਰ ਜੇਲ੍ਹ ਹੈ ਫਰੀਦਕੋਟ ਤੋਂ, ਜਿਹੜੀ ਮਾਸੇ ਕੋਈ 60-70 ਕਿਲੋਮੀਟਰ ਹੋਏਗੀ। ਤਾਂ ਇਹ ਨਾ ਰੱਖਣ ਦਾ ਕਾਰਨ ਇਹੀ ਆ ਕਿ ਮਾਨਸਾ ਜੇਲ੍ਹ 'ਚ ਦੂਰ ਘਲਾਇਆ ਗਿਆ ਥੋੜਾ, ਉੱਥੇ ਗਿਣਤੀ ਘੱਟ ਹੋਏਗੀ, ਪਰੰਤੂ ਉਹਨਾਂ ਨੇ ਵੀ ਵਾਪਸ ਇਸੇ ਕਰਕੇ ਭੇਜਿਆ ਕਿ ਸਾਡੇ ਭਾਅ ਦਾ ਕੋਈ ਪੰਗਾ ਨਾ ਬਣ ਜਾਵੇ। ਸੋ ਇਹੀ ਚੱਕਰ ਆ ਕਿ ਕੋਈ ਵੀ ਜੇਲ੍ਹ ਜਿਹੜੀ ਹੈ ਇਹਨੂੰ ਹਾਲ ਦੀ ਘੜੀ ਲੈਂਦੀ ਨਜ਼ਰ ਨਹੀਂ ਆ ਰਹੀ, ਤਾਂ ਵਾਪਸ ਇੱਕ ਵਾਰੀ ਲੈ ਆਂਦਾ। ਹੁਣ ਪਤਾ ਨਹੀਂ ਕਿਹੜੀ ਜੇਲ੍ਹ 'ਚ ਦਾਖਲ ਕਰਾਉਂਦੇ ਆ ਜਾਂ ਮੈਡੀਕਲ ਕਾਲਜ 'ਚ, ਪਰ ਇਹਨਾਂ ਦਾ ਬੇਅਦਬੀ ਦੇ ਮੁਲਜ਼ਮਾਂ ਦਾ ਹਸ਼ਰ ਅੱਜ ਕੱਲ੍ਹ ਤੁਸੀਂ ਦੇਖ ਲਓ ਕੈਸਾ ਹੋ ਰਿਹਾ ਹੈ, ਕਿ ਨਾ ਕੋਈ ਐਂਬੂਲੈਂਸ ਮਿਲ ਰਹੀ ਹੈ, ਨਾ ਕਿਸੇ ਪਾਸਿਓਂ ਕੋਈ ਕਾਨੂੰਨੀ ਰਾਹਤ ਮਿਲ ਰਹੀ ਹੈ, ਤੇ ਨਾ ਹੀ ਹੁਣ ਇਹਨਾਂ ਨਿਕੰਮਿਆਂ ਨੂੰ, ਇਹਨਾਂ ਬੇਕਾਰ ਬੰਦਿਆਂ ਨੂੰ ਕੋਈ ਜੇਲ੍ਹ ਹੀ ਚੱਲ ਰਹੀ ਹੈ।
ਪਰ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਜਿਹੜੇ ਬੰਦੇ ਸੀਗੇ ਇਹਨਾਂ ਨੇ ਕਿਸ ਮੰਤਵ ਦੇ ਨਾਲ ਇਹ ਸਾਰਾ ਕੁਛ ਕੀਤਾ। ਮੈਂ ਡੇ ਵਨ ਤੋਂ ਸਵਾਲ ਚੁੱਕਦਾ ਪਿਆ ਕਿ ਇਹ ਮਸੀਹ ਭਾਈਚਾਰੇ ਨਾਲ ਸੰਬੰਧਿਤ ਨੇ, ਹਾਲਾਂਕਿ ਮੁਜਰਮ ਨੂੰ ਮੈਂ ਕਿਸੇ ਧਰਮ ਨਾਲ ਨਹੀਂ ਜੋੜ ਕੇ ਵੇਖਦਾ, ਪਰ ਜੋ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ, ਜੋ ਪਿਛਲੇ ਦਿਨਾਂ ਦੇ ਵਿੱਚ ਆਪੋ ਵਿੱਚ ਦੀ ਥੋੜੀ ਆਪਸ 'ਚ ਕਸ਼ੀਦਗੀ ਆਈ ਸੀਗੀ, ਕੀ ਕੋਈ ਉਹਦੀ ਕੋਈ ਰੰਜ ਤਾਂ ਨਹੀਂ ਹੈ? ਤਾਂ ਇਹ ਜ਼ਰੂਰ ਇਹਨਾਂ ਨੂੰ ਸਾਫ਼ ਕਰਨਾ ਚਾਹੀਦਾ ਸੀਗਾ, ਬਟ ਇਹਨਾਂ ਨੇ ਨਹੀਂ ਕੀਤਾ ਜੀ। ਜੀ ਪਰ ਮਿੰਟੂ ਜੀ, ਇੱਕ ਸਵਾਲ ਜ਼ਰੂਰ ਹੈ ਇੱਥੇ, ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਕੀ ਉਹਨਾਂ ਅਧਿਕਾਰੀਆਂ ਕੋਲੋਂ ਇੰਨਾ ਰਾਈਟ ਹੁੰਦਾ ਜੇਲ੍ਹ ਦੇ ਅੰਦਰ ਬੈਠੇ ਲੋਕਾਂ ਕੋਲ, ਜਿਨ੍ਹਾਂ ਦੇ ਕੋਲੋਂ ਜ਼ਖਮੀ ਮਰੀਜ਼ ਗਿਆ ਤੇ ਵਾਪਸ ਉਸੇ ਜੇਲ੍ਹ 'ਚ ਜਦੋਂ ਲਿਆ ਰਹੇ ਨੇ ਉਹਨੂੰ ਲੈ ਨਹੀਂ ਰਹੇ? ਨਹੀਂ ਨਹੀਂ ਜ਼ਖਮੀ ਉਹ ਹਜ਼ੂਰ ਇੱਥੇ ਨਹੀਂ ਹੋਇਆ, ਜ਼ਖਮੀ ਹੋਇਆ ਉਹ ਥਾਣੇ ਦੇ ਵਿੱਚ। ਜੀ ਜੀ ਹੁਣ ਜਦੋਂ ਥਾਣੇ ਦੇ ਵਿੱਚ ਉਹਨੂੰ ਹੁਣ ਸਾਰੀ ਜ਼ਿੰਦਗੀ ਤਾਂ ਜ਼ਿੰਦਗੀ ਥਾਣੇ ਨਹੀਂ ਨਾ ਰੱਖਿਆ ਜਾ ਸਕਦਾ। ਜੀ ਗੱਲ ਇਹ ਆ ਕਿ ਉਹਨੂੰ ਜਦੋਂ ਪੁਲਿਸ ਕਸਟਡੀ ਖਤਮ ਹੋ ਗਈ, ਰਿਮਾਂਡ ਖਤਮ ਹੋ ਗਿਆ, ਤਾਂ ਉਸ ਤੋਂ ਬਾਅਦ ਭੇਜਣਾ ਹੈ ਉਸਨੂੰ ਜੇਲ੍ਹ ਦੇ ਵਿੱਚ। ਜੀ ਤਾਂ ਜਿਹੜਾ ਜੇਲ੍ਹ ਪ੍ਰਬੰਧ ਦਾ ਢਾਂਚਾ ਹੁੰਦਾ ਉਹਨਾਂ ਦੇ ਕੋਲ ਬਥੇਰੇ ਬਹਾਨੇ ਹੁੰਦੇ ਆ, ਕਿਉਂਕਿ ਉਹ ਅਥਾਰਟੀ ਆ ਆਪਣੇ ਆਪ ਦੇ ਵਿੱਚ ਜੇਲ੍ਹ। ਸੋ ਇਸ ਕਰਕੇ ਉਹ ਕਈ ਵਾਰ ਪ੍ਰਬੰਧਕੀ ਆਧਾਰ ਤੇ ਕਹਿ ਦਿੰਦੇ ਨੇ, ਕਈ ਵਾਰ ਕੁਛ ਹੋਰ ਸਹੂਲਤਾਂ ਦੀ ਘੱਟ ਕਰਕੇ ਵੀ ਕਹਿ ਦਿੰਦੇ ਨੇ ਕਿ ਅਸੀਂ ਆ ਬੰਦਾ ਨਹੀਂ ਲਵਾਂਗੇ। ਜੀ